ਆਖਿਰਕਾਰ ਉਹੀ ਹੋਇਆ ਜਿਸ ਦੀ ਸਾਰੇ ਉਮੀਦ ਲਾਈ ਬੈਠੇ ਸਨ। ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਵੀ ਆਖਿਰਕਾਰ ਪਿਤਾ ਵਾਲੇ ਪਾਲੇ ਵਿੱਚ ਜਾਂਦੇ ਨਜ਼ਰ ਆ ਰਹੇ ਨੇ। ਪਰਮਿੰਦਰ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨ ਸਭਾ ਅੰਦਰ ਵਿਧਾਇਕ ਦਲ ਆਗੂ ਦੇ ਅਸਤੀਫੇ ਤੋਂ ਅਸਤੀਫਾ ਦੇ ਦਿੱਤਾ। ਅੱਜ ਅਕਾਲੀ ਦਲ ਲਈ ਤੇਜ਼ੀ ਨਾਲ ਬਦਲੇ ਹਾਲਾਤਾਂ ਦੌਰਾਨ ਪਹਿਲਾਂ ਛੋਟੇ ਢੀਂਡਸਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ, ਜਿਸ ਤੋਂ ਬਾਅਦ ਸੁਖਬੀਰ ਬਾਦਲ ਨੇ ਕੋਰ ਕਮੇਟੀ ਮੀਟਿੰਗ ਦੌਰਾਨ ਇਸ ਨੂੰ ਤੁਰੰਤ ਸਵੀਕਾਰ ਕਰ ਲਿਆ। ਪਰਮਿੰਦਰ ਸਿੰਘ ਢੀਂਡਸਾ ਜੀ ਦਾ ਆਇਆ ਸੀ ਉਹਨਾਂ ਦਾ ਜਿਹੜੇ ਰੈਜ਼ਗਨੇਸ਼ਨ ਲੀਡਰ ਆਫ ਦੀ ਹਾਊਸ ਤੋਂ, ਵੀ ਇਮੀਡੀਏਟਲੀ ਐਕਸੈਪਟਡ ਇਟ। ਅਤੇ ਸ਼ਰਨਜੀਤ ਢਿੱਲੋਂ ਨੂੰ ਅਸੀਂ ਸਾਰੇ MLAs ਨਾਲ ਗੱਲ ਕੀਤੀ, ਸਾਰਿਆਂ ਨੇ ਕਾਫ਼ੀ ਪਹਿਲੇ ਵੀ ਸਾਨੂੰ ਕਿਹਾ ਸੀ ਕਿ ਸ਼ਰਨਜੀਤ ਢਿੱਲੋਂ ਇਜ਼ ਦਾ ਬੈਸਟ ਪਰਸਨ ਐਂਡ ਸ਼ਰਨਜੀਤ ਢਿੱਲੋਂ ਇਜ਼ ਦਾ ਲੀਡਰ ਆਫ ਦੀ। ਮੈਂ ਉਹਨਾਂ ਬਾਰੇ ਕੋਈ ਗੱਲ ਨਹੀਂ ਕਰਨਾ ਚਾਹੁੰਦਾ। ਕੁਦਰਤੀ ਸੀ ਕਿ ਜੇ ਇਸ ਕਿਸਮ ਦੀ ਜਿਹੜੀ ਹੈਗੀ ਹੈ ਗੱਲ ਸਾਹਮਣੇ ਆਉਂਦੀ ਹੈ ਜਿਹੜੀ ਕਿ ਰੈਜ਼ਿਗਨੇਸ਼ਨ ਵਾਲੀ, ਤਾਂ ਕੁਦਰਤੀ ਸੀ ਉਹਦੇ 'ਤੇ ਵਿਚਾਰ ਹੋਣਾ, ਅਤੇ ਕੋਰ ਕਮੇਟੀ ਨੇ ਫੈਸਲਾ ਲੈਂਦੇ ਹੋਏ ਸਾਰਿਆਂ ਨੇ ਇਸ ਚੀਜ਼ 'ਤੇ ਮੋਹਰ ਲਾਈ ਹੈ, ਅਤੇ ਇਸ ਕਰਕੇ ਸਾਹਮਣੇ ਸਾਰਿਆਂ ਦੇ। ਅਤੇ ਜਿਸ ਤਰ੍ਹਾਂ ਦੇ ਨਾਲ ਹੁਣ ਉੱਥੋਂ ਉਹਨਾਂ ਨੇ ਰਿਜ਼ਾਈਨ ਕਰਿਆ ਕਿ ਪਾਰਟੀ ਦੇ ਨਾਲ ਉਹ ਜੁੜੇ ਰਹਿਣਗੇ ਉਸੇ ਤਰੀਕੇ ਦੇ ਨਾਲ, ਕਿਉਂਕਿ ਪਹਿਲਾਂ ਚਰਚਾਵਾਂ ਇਹ ਆਈਆਂ ਸੀ ਕਿ ਹੋ ਸਕਦਾ ਉਹ ਆਪਣੇ ਪਿਤਾ ਦੇ ਨਾਲ ਜਾਣ। ਸ਼੍ਰੋਮਣੀ ਅਕਾਲੀ ਦਲ ਦੀ ਹਮੇਸ਼ਾ ਇਹ ਇਹ ਪ੍ਰਥਾ ਰਹੀ ਹੈ, ਔਰ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਇਹ ਕੋਸ਼ਿਸ਼ ਰਹੀ ਹੈ ਅੱਜ ਤੱਕ ਵੀ ਔਰ ਅੱਗੇ ਵੀ ਰਹੂਗੀ ਕਿ ਹਰ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸਹਿਯੋਗ ਕਰ ਸਕਦਾ, ਉਹ ਭਾਵੇਂ ਛੋਟੇ ਤੋਂ ਛੋਟਾ ਵਰਕਰ ਵੀ ਹੋਵੇ, ਉਹਦਾ ਵੀ ਸਹਿਯੋਗ ਲੈਣਾ ਹੈ। ਔਰ ਇਹ ਜ਼ਿਆਦਾ ਸਥਿਤੀ ਉਹ ਖੁਦ ਸਪਸ਼ਟ ਕਰ ਸਕਦੇ ਹੈ ਕਿ ਕੀ ਉਹ ਅੱਗੇ ਕਰਨਾ ਚਾਹੁੰਦੇ ਆ ਜਾਂ ਕੀ ਨਹੀਂ ਕਰਨਾ ਚਾਹੁੰਦੇ, ਪਰ ਪਾਰਟੀ ਦੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਸਾਰੇ ਨਾਲ ਚੱਲਣ। ਪਰ ਜਿਹੜੇ ਪਾਰਟੀ ਆਪਦੀ ਆਪ ਹੀ ਛੱਡਣ ਦੀ ਗੱਲ ਕਰ ਗਏ ਆ, ਜਿਹੜੇ ਜਿਵੇਂ ਪੁਰਾਣੇ ਜਿਹੜੇ ਵੀ ਲੀਡਰ ਸਾਹਿਬਾਨ ਕਰਕੇ ਗਏ ਆ, ਅਤੇ ਉਹਦੇ 'ਚ ਮੇਰਾ ਖਿਆਲ ਇਸੇ ਤਰ੍ਹਾਂ ਦਾ ਕਿੰਤੂ ਪਰੰਤੂ ਅਸੀਂ ਕੀ ਕਰ ਸਕਦੇ ਹਾਂ। ਇਹ ਤਾਂ ਸਪਸ਼ਟੀਕਰਨ ਉਹ ਖੁਦ ਦੇਣ ਵੀ ਕੀ ਕਰਨਾ ਚਾਹੁੰਦੇ ਆ ਕੀ ਨਹੀਂ ਕਰਨਾ ਚਾਹੁੰਦੇ। ਸਾਡੀ ਇਹ ਕੋਸ਼ਿਸ਼ ਹੈਗੀ ਹੈ ਕਿ ਉਹ ਪਾਰਟੀ ਨਾਲ ਤਕੜੇ ਹੋ ਕੇ ਚੱਲਣ। ਜਿਵੇਂ ਕਿ ਉਮੀਦ ਸੀ ਕਿ ਛੋਟੇ ਢੀਂਡਸਾ ਦੇ ਅਸਤੀਫੇ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਦਾ ਪਾਰਾ ਇੱਕਦਮ ਚੜ੍ਹੇਗਾ, ਸੋ ਚੜ੍ਹ ਗਿਆ। ਆ ਸੁਣੋ ਜ਼ਰਾ ਸਿਆਸਤਦਾਨਾਂ ਦੀਆਂ ਪ੍ਰਤੀਕਿਰਿਆਵਾਂ। ਦੇਖੋ, ਜਿਸ ਤਰ੍ਹਾਂ ਸੁਖਬੀਰ ਬਾਦਲ ਦੇ ਲੋਕ ਖਿਲਾਫ਼ ਹੈ, ਪੰਥ ਵੀ ਖਿਲਾਫ਼ ਹੈ, ਪਾਰਟੀ ਵੀ ਖਿਲਾਫ਼ ਆ, ਔਰ ਇੱਕ ਤੋਂ ਬਾਅਦ ਇੱਕ ਵਿਕਟਾਂ ਡਿੱਗਦੀਆਂ ਜਾ ਰਹੀਆਂ ਕਹਿੰਦੇ ਕਿ ਦੇਖੀ ਸੁਖਬੀਰ ਬਾਦਲ ਕੀ ਯਾਰੀ, ਵਿਛੜੇ ਸਭੀ ਬਾਰੀ ਬਾਰੀ, ਇੱਕ ਤੋਂ ਬਾਅਦ ਇੱਕ ਜਾ ਰਹੇ ਹੈ। ਔਰ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਲੋਕ ਹੁਣ ਸੁਖਬੀਰ ਬਾਦਲ ਦੀ ਲੀਡਰਸ਼ਿਪ ਨੂੰ ਬਰਦਾਸ਼ਤ ਨਹੀਂ ਕਰਦੇ, ਅਕਾਲੀ ਦਲ ਦੇ ਲੋਕ ਵੀ ਸੁਖਬੀਰ ਬਾਦਲ ਦੀ ਲੀਡਰਸ਼ਿਪ ਨੂੰ ਬਰਦਾਸ਼ਤ ਨਹੀਂ ਕਰਦੇ, ਅਤੇ ਸੁਖਬੀਰ ਬਾਦਲ ਨੂੰ ਬਜਾਏ ਕਿ ਪਾਰਟੀ ਦੇ ਲੋਕ ਅਸਤੀਫਾ ਦੇਣ, ਸੁਖਬੀਰ ਬਾਦਲ ਨੂੰ ਖੁਦ ਅਸਤੀਫਾ ਦੇ ਦੇਣਾ ਚਾਹੀਦਾ, ਅਤੇ ਇਹਨਾਂ ਨੂੰ ਪੰਥ ਔਰ ਪੰਜਾਬ ਦੇ ਕੋਲੋਂ ਆਪਣੇ ਕੀਤੇ ਹੋਏ ਕਰਮਾਂ ਦੀ ਮਾਫ਼ੀ ਮੰਗਣੀ ਚਾਹੀਦੀ ਹੈ। ਡਾਕਟਰ ਸਾਹਿਬ, ਪਤਾ ਲੱਗਾ ਸ਼ਵਿੰਦਰ ਢਿੱਲੋਂ ਨੂੰ ਪਾਰਟੀ ਲੀਡਰ ਬਣਾ ਦਿੱਤਾ ਗਿਆ ਸੁਖਬੀਰ ਬਾਦਲ ਵੱਲੋਂ? ਦੇਖੋ, ਮੈਂ ਕੀ ਕਹਾਂ ਜੀ, ਅੱਗੇ ਢੀਂਡਸਾ ਸਾਹਿਬ ਛੱਡ ਕੇ ਗਏ ਆ, ਹੁਣ ਕਹਿੰਦੇ ਆ ਕਿ ਢਿੱਲੋਂ ਸਾਹਿਬ ਨੂੰ ਬਣਾ ਦਿੱਤਾ ਉਹਨਾਂ ਦੀ ਜਗ੍ਹਾ ਲੀਡਰ, ਅਤੇ ਮੈਂ ਤੁਹਾਨੂੰ ਕੀ ਦੱਸਾਂ, ਕਹਿੰਦੇ ਕਿ ਉੱਜੜੇ ਬਾਗਾਂ ਦੇ ਗਾਲੜ ਪਟਵਾਰੀ, ਜਿਹੜਾ ਬਾਗ ਹੀ ਜੁੜ ਰਿਹਾ ਉਹਦੇ ਪਟਵਾਰੀ ਨੇ ਕਰਨਾ ਕੀ ਕੰਮ ਭਾਈ? ਅਕਾਲੀ ਦਲ ਦੇ ਬੜੇ ਸੀਨੀਅਰ ਨੇਤਾ ਪਰਮਿੰਦਰ ਢੀਂਡਸਾ ਨੇ ਅਸਤੀਫਾ ਦੇ ਦਿਆ ਹੈ, ਕਿਸ ਤਰ੍ਹਾਂ ਅਸੀਂ ਦੇਖਦੇ ਹਾਂ? ਦੇਖੋ, ਇਹ ਹੋਣਾ ਹੀ ਸੀ, ਜਦੋਂ ਲੋਕਾਂ ਦੇ ਸੰਘਰਸ਼ ਨਾਲ ਕਦੋਂ ਕੋਈ ਪਾਰਟੀ ਬਣੀ ਹੋਵੇ, ਲੋਕਾਂ ਦੇ ਉਹਦੇ 'ਚ ਸ਼ਹੀਦੀਆਂ ਦਿੱਤੀਆਂ ਹੋਣ, ਲੜਾਈਆਂ ਲੜੀਆਂ ਹੋਣ, ਅਤੇ ਉਹਦੇ 'ਤੇ ਕੇਵਲ ਇੱਕ ਪਰਿਵਾਰ ਦਾ ਰਾਜ ਹੋ ਜਾਵੇ, ਹੈ ਨਾ, ਅਤੇ ਉਹੀ ਪਰਿਵਾਰ ਕਹੇ ਵੀ ਹੁਣ ਮੇਰਾ ਮੁੰਡਾ ਲੱਗੂਗਾ ਪ੍ਰਧਾਨ, ਇਹ ਦੋ ਨਾਲ ਸਮੇਂ 'ਚ ਮੇਰਾ ਪੋਤਾ ਲੱਗੂਗਾ, ਇਹ ਤਾਂ ਹੋਣਾ ਹੀ ਹੋਣਾ ਸੀ। ਇਹ ਕੇਵਲ ਇਹ ਤਾਂ ਸ਼ੁਰੂਆਤ ਹੋਈ ਹੈ। ਅੱਜ ਪੰਜਾਬ ਦੇ ਵਿੱਚ ਜਿਹੜੇ
ਮਤਲਬ ਕਿ ਜਿੱਦਾਂ ਦਾ ਮਾਹੌਲ ਬਣਿਆ ਹੋਇਆ ਅਕਾਲੀ ਦਲ ਦਾ ਜਿਹੜਾ ਪਤਨ ਹੈ ਉਹ ਸਾਹਮਣੇ ਕੰਧ 'ਤੇ ਲਿਖਿਆ ਹੋਇਆ ਹੋਣਾ ਹੀ ਹੋਣਾ ਹੈਗਾ ਜੇ ਪਰਿਵਾਰਵਾਦ ਇਸੇ ਤਰ੍ਹਾਂ ਚੱਲਦਾ ਰਿਹਾ ਇਹ ਸ਼ੁਰੂਆਤ ਹੋਈ ਹੈ। ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਲੱਗਦਾ ਕਿ ਹੋਰ ਵੀ ਜਿਹੜੇ ਬੜੇ ਲੀਡਰ ਨੇ ਉਹ ਆਪਣੇ ਜਿਹੜੀ ਜ਼ਮੀਰ ਦੀ ਆਵਾਜ਼ ਸੁਣਦੇ ਹੋਏ ਇੱਕ ਪਰਿਵਾਰ ਦੇ ਬਾਦਲ ਪਰਿਵਾਰ ਦੇ ਨੀਚੇ ਨਹੀਂ ਰਹਿਣਗੇ ਅਤੇ ਜੋ ਅਕਾਲੀ ਦਲ ਦਾ ਇਤਿਹਾਸ ਹੈ ਉਹਨੂੰ ਪੜ੍ਹਨਗੇ ਅਤੇ ਹੋਰ ਵੀ ਲੀਡਰ ਆ ਜਿਹੜੀ ਬਾਦਲ ਪਰਿਵਾਰ ਦੀ ਜਿਹੜੀ ਆ ਉਹ ਲੀਡਰੀ ਥੱਲੇ ਕੰਮ ਜਿਹੜੇ ਆ ਨਹੀਂ ਕਰਨਗੇ। ਪਰਮਿੰਦਰ ਢੀਂਡਸਾ ਜੀ, ਪਹਿਲਾਂ ਤਾਂ ਆਪਦੀ ਬਿਮਾਰੀ ਦਾ ਜਿਹੜਾ ਹੈ ਅਤੇ ਨਾਲ ਹੀ ਆਪਦੀ ਸਿਹਤ ਨੂੰ ਲੈ ਕੇ ਹਵਾਲਾ ਦੇ ਰਹੇ ਸੀ, ਪਰ ਤੁਹਾਨੂੰ ਲੱਗਦਾ ਕਿ ਇਹ ਕਾਰਨ ਹੈਗਾ? ਸੁਖਦੇਵ ਢੀਂਡਸਾ ਦੀ ਗੱਲ ਕਰ ਰਹੇ ਹੋ ਜਾਂ ਪਰਮਿੰਦਰ ਜੀ? ਸੁਖਦੇਵ ਢੀਂਡਸਾ ਜੀ ਨੇ ਪਹਿਲਾਂ ਛੱਡੀ ਸੀ ਤੁਹਾਨੂੰ? ਦੇਖੋ ਉਦੋਂ ਵੀ ਉਹ ਜਿਹੜਾ ਕੋਈ ਸਿਆਣਾ ਬੰਦਾ ਹੁੰਦਾ ਨਾ ਉਹਨੂੰ ਐਂ ਹੁੰਦਾ ਵੀ ਜੇ ਮੈਂ ਮੀਡੀਆ 'ਚ ਨਾ ਜਾਵਾਂ ਇੰਨੇ ਕੁ ਨਾਲ ਹੀ ਪਿਓ ਪੁੱਤ ਸਮਝ ਜਾਣ ਬਾਜ ਆ ਜਾਣ, ਪਰ ਜਦੋਂ ਉਹਨਾਂ ਨੇ ਇਸ ਚੀਜ਼ ਨੂੰ ਸਮਝਿਆ ਹੀ ਨਹੀਂ। ਐਡੇ ਦੇਖੋ ਬਾਦਲ ਸਾਹਿਬ ਨਾਲੋਂ 15 ਸਾਲ ਉਮਰ ਮੈਨੂੰ ਲੱਗਦਾ ਘੱਟ ਹੈ ਢੀਂਡਸਾ ਸਾਹਿਬ ਦੀ, ਹੈ ਨਾ? ਉਹ ਕਿ ਜਦੋਂ ਬਾਦਲ ਸਾਹਿਬ ਹਜੇ ਤੱਕ ਕੁਰਸੀ ਨਹੀਂ ਛੱਡ ਰਹੇ ਤਾਂ ਢੀਂਡਸਾ ਸਾਹਿਬ ਤਾਂ ਉਦੋਂ 15 ਸਾਲ ਛੋਟੇ ਆ, ਉਹਨਾਂ ਨੂੰ ਕਿਵੇਂ ਬਿਮਾਰੀ ਉਹ ਕਰ ਸਕਦੀ ਹੈ? ਬਾਕੀ ਮੈਂ ਜਾਣਦਾ ਮੇਰੇ ਜ਼ਿਲ੍ਹੇ ਦੇ ਆ ਪੂਰੇ ਕੈਮ ਨੇ, ਤੰਦਰੁਸਤ ਨੇ, ਲੋਕਾਂ ਦੇ ਹਜੇ ਵੀ ਆਉਂਦੇ ਜਾਂਦੇ ਨੇ, ਉਹ ਸਿਰਫ ਬਹਾਨਾ ਸੀ। ਪਰ ਜਦੋਂ ਕੋਈ ਉਹਨਾਂ ਦੀ ਪਾਰਟੀ ਦੇ ਅੰਦਰ ਨਾ ਸੁਣੀ ਗਈ, ਕੋਈ ਪਾਰਟੀ ਦੇ ਵਿੱਚ ਡੈਮੋਕ੍ਰੇਸੀ ਨਹੀਂ, ਇਸੇ ਕਰਕੇ ਮੈਂ ਸਮਝਦਾ ਕਿ ਉਹਨਾਂ ਨੂੰ ਜਿਹੜਾ ਇਹ ਮਜਬੂਰਨ ਹੈ ਜਿਹੜਾ ਇਹ ਸਟੈਪ ਹੈ ਜਿਹੜਾ ਉਹ ਲੈਣਾ ਪਿਆ। ਪਰਮਿੰਦਰ ਢੀਂਡਸਾ ਨੇ ਅਸਤੀਫਾ ਦੇ ਕੇ ਆਖਿਰਕਾਰ ਇਹ ਸਾਫ਼ ਕਰ ਦਿੱਤਾ ਕਿ ਉਹ ਆਉਣ ਵਾਲੇ ਸਮੇਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਚੁੱਕੇ ਆਪਣੇ ਪਿਤਾ ਸੁਖਦੇਵ ਸਿੰਘ ਢੀਂਡਸਾ ਦੇ ਪਾਲੇ ਵਿੱਚ ਜਾਣ ਲਈ ਤਿਆਰ ਖੜੇ ਨੇ। ਹੁਣ ਵੇਖਣਾ ਇਹ ਹੋਵੇਗਾ ਕਿ ਅਕਾਲੀ ਦਲ ਉਸ ਤੋਂ ਪਹਿਲਾਂ ਹੀ ਇਹਨਾਂ ਦੋਵਾਂ ਪਿਓ ਪੁੱਤਰਾਂ ਦੇ ਖਿਲਾਫ਼ ਆਪ ਕੋਈ ਐਕਸ਼ਨ ਲੈਂਦਾ ਜਾਂ ਸੁਖਵੀਰ ਬਾਦਲ ਅਜੇ ਹੋਰ ਸਮੇਂ ਦੀ ਉਡੀਕ ਕਰਨਗੇ। ਹਕੀਕਤ ਟੀਵੀ ਪੰਜਾਬੀ ਲਈ ਚੰਡੀਗੜ੍ਹ ਤੋਂ ਅਮਰ ਸਿੰਘ ਦੀ ਰਿਪੋਰਟ।